ਦੋਸਤੋ ਤੁਹਾਡੇ ਨਾਲ ਮੈਂ ਕੇਸ ਸ਼ੇਅਰ ਕਰਾਂਗਾ। ਇੱਕ ਸਟੂਡੈਂਟ ਆਉਂਦੀ ਹੈ ਇੰਡੀਆ ਤੋਂ ਜਿਹੜੀ ਆਲਰੇਡੀ ਮੈਰਿਡ ਹੈ ਕੁਝ ਸਾਲ ਤੋਂ, ਉਹਨਾਂ ਦਾ ਆਪਣਾ ਬੇਬੀ ਵੀ ਹੈ, ਲੇਕਿਨ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਚੰਡੀਗੜ੍ਹ ਕਿਸੇ ਨੇ, ਜਿਹਨਾਂ ਨੇ ਫਾਈਲ ਉਹਨਾਂ ਦੀ ਪ੍ਰੋਸੈਸ ਕੀਤੀ, ਉਹਨਾਂ ਨੇ ਉਹਨੂੰ ਸ਼ੋ ਕਰਤਾ ਕਿ ਵੀ ਬੇਬੀ ਹੈ ਹੀ ਨਹੀਂ ਹੈ। ਕਿਉਂ? ਉਹ ਅਕੋਰਡਿੰਗ ਟੂ ਦੈਮ ਕਿ ਬੇਬੀ ਕਰਕੇ ਸ਼ਾਇਦ ਵੀਜ਼ਾ ਨਹੀਂ ਮਿਲੇਗਾ, ਤੇ ਬੇਬੀ ਨੂੰ ਉਹਨਾਂ ਨੇ ਹਾਈਡ ਕਰਤਾ, ਬੇਬੀ ਦਾ ਸ਼ੋ ਹੀ ਨਹੀਂ ਕੀਤਾ ਜਿਹੜੇ ਫੈਮਿਲੀ ਇਨਫੋਰਮੇਸ਼ਨ ਵਿੱਚ। ਸਟੂਡੈਂਟ ਇੱਥੇ ਆ ਗਈ ਹੈ, ਆਉਣ ਦੇ ਬਾਅਦ ਫਿਰ ਆਪਣੇ ਹਸਬੈਂਡ ਨੂੰ ਅਪਲਾਈ ਕਰਨਾ ਚਾਹੁੰਦੀ ਹੈ ਕਿ ਵੀ ਹਸਬੈਂਡ ਆ ਜਾਏ ਤੇ ਨਾਲ ਫਿਰ ਬੇਬੀ ਵੀ ਆ ਜਾਏ, ਨਾਲ ਸਾਰੇ ਜਣੇ ਇਕੱਠੇ ਹੋ ਜਾਏ। ਲੇਕਿਨ ਸਟੱਡੀ ਵੀਜ਼ਾ ਫਾਈਲ ਵਿੱਚ ਉਹਨਾਂ ਨੇ ਜਦ ਬੇਬੀ ਨੂੰ ਸ਼ੋ ਹੀ ਨਹੀਂ ਕੀਤਾ, ਤੇ ਹੁਣ ਉਹ ਬੇਬੀ ਨੂੰ ਕਿੱਦਾਂ ਸ਼ੋ ਕਰ ਲਏਗੀ? ਬੇਬੀ ਦਾ ਆਲਰੇਡੀ 1 ਸਾਲ ਪਹਿਲਾਂ ਜਨਮ ਹੋ ਚੁੱਕਿਆ, ਬੇਬੀ ਇਜ਼ ਆਲਰੇਡੀ 1 ਈਅਰ ਪਲੱਸ, ਤੇ ਬੇਬੀ ਨੂੰ ਹੁਣ ਅਗਰ ਜੇ ਆਪਾਂ ਹੁਣ ਸ਼ੋ ਕਰਾਂਗੇ ਤੇ ਇਟ ਇਜ਼ ਸੈਕਸ਼ਨ 40 ਮਿਸਰੈਪ੍ਰੈਜੈਂਟੇਸ਼ਨ। ਡੈਟ ਮੀਨਸ ਕਿ ਪਹਿਲੀ ਆਪਣੀ ਐਪਲੀਕੇਸ਼ਨ ਵਿੱਚ ਤੁਸੀਂ ਬੇਬੀ ਦਾ ਡਿਸਕਲੋਜ਼ ਨਹੀਂ ਕੀਤਾ, ਹੁਣ ਬੇਬੀ ਕਿੱਥੋਂ ਆ ਗਿਆ? ਹੁਣ ਬੇਬੀ ਦਾ ਤੁਸੀਂ ਸ਼ੋ ਕਰ ਰਹੇ ਹੋ ਕਿ ਬੇਬੀ ਨੂੰ ਵੀਜ਼ਾ ਮਿਲ ਜਾਏ। ਸੋ ਇਟ ਇਜ਼ ਅ ਵਿਸ਼ੀਅਸ ਸਰਕਲ ਔਨ ਕਿ ਵੀ ਇਹ ਕਰਾਂਗੇ ਤਾਂ ਫਿਰ ਝੂਠ ਹੋ ਜਾਏਗਾ, ਜੇ ਨਹੀਂ ਕਰਾਂਗੇ ਤੇ ਬੇਬੀ ਰਹਿ ਜਾਏਗਾ। ਮੇਰਾ ਸਵਾਲ ਇਹ ਹੈ ਕਿ ਵੀ ਕੰਸਲਟੈਂਟ ਨੂੰ ਜਦ ਨੌਲੇਜ ਹੀ ਨਹੀਂ ਹੈ, ਜਦ ਕੰਸਲਟੈਂਟ ਨੂੰ ਇਸ ਤਰੀਕੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਹੈ ਲਾਅ ਦੇ ਬਾਰੇ, ਤੇ ਕਿਉਂ ਪੰਗਾ ਲੈਂਦੇ ਆ? ਹੁਣ ਅਗਰ ਸਟੂਡੈਂਟ ਅਗਰ ਕੰਪਲੇਨ ਕਰਦੀ ਹੈ, ਮੇਰੀ ਐਡਵਾਈਸ ਹੈ ਕਿ ਵੀ ਤੁਸੀਂ ਕੰਪਲੇਨ ਕਰੋ ਕੰਸਲਟੈਂਟ ਦੇ ਖਿਲਾਫ। ਉਹਨਾਂ ਦਾ ਇੱਕ ਆਫਿਸ ਸ਼ਾਇਦ ਕੈਨੇਡਾ ਵੀ ਹੈ, ਕੈਨੇਡਾ ਜੋ ਵੀ ਉਹਨਾਂ ਦਾ ਮੇਨ ਹੈਡ ਹੈ, ਜੋ ਉਹਨਾਂ ਦਾ ਆਈ ਐਮ ਹੋਪਿੰਗ ਕਿ ਲਾਇਸੈਂਸ ਹੈ, ਸ਼ਾਇਦ ICCRC ਲਾਇਸੈਂਸ ਜਾਂ ਲਾਇਰ ਹੋ ਸਕਦਾ, ਉਹਨਾਂ ਦੇ ਖਿਲਾਫ ਕੰਪਲੇਨ ਕਰੋ, ਇੱਕ ਸਬੂਤ ਇਕੱਠੇ ਕਰੋ ਕਿ ਵੀ ਅਸੀਂ ਤੁਹਾਨੂੰ ਦੱਸਿਆ ਹੋਇਆ। ਇਨਫੈਕਟ ਦਿਸ ਇਜ਼ ਵਾਟ ਹੈਪਨ, ਸ਼ੀ ਟੋਲ ਦੈਮ ਦੈਟ ਯੂ ਨੋ ਦ ਬੇਬੀ ਵਾਸ ਡਿਸਕਲੋਜ਼, ਬਟ ਯੂ ਯੂ ਐਡਵਾਈਸਡ ਅਸ ਕਿ ਨਾਟ ਟੂ ਡਿਸਕਲੋਜ਼ ਦ ਬੇਬੀ। ਦਿਸ ਇਜ਼ ਅ ਸੀਰੀਅਸ ਮਿਸਟੇਕ, ਦਿਸ ਇਜ਼ ਅ ਕੁਆਇਟ ਅ ਫੇਟਲ ਐਰਰ। ਗਲਤੀ ਕਿਹਦੀ ਹੈ? ਇਹ ਅਗਰ ਤੁਸੀਂ ਸ਼ੋਅ ਕਰੋਗੇ, ਹੋ ਸਕਦਾ ਹੈ ਕਿ ਸ਼ਾਇਦ ਮਿਸਰੈਪ੍ਰੈਜੈਂਟੇਸ਼ਨ ਤੋਂ ਬਚਾਅ ਹੋ ਜਾਏ, ਕਿਉਂਕਿ ਅਦਰਵਾਈਜ਼ ਮਿਸਰੈਪ੍ਰੈਜੈਂਟੇਸ਼ਨ ਤਿਆਰ ਹੈ। ਜਦ ਵੀ ਹਸਬੈਂਡ ਅਪਲਾਈ ਕਰਦੇ ਹੈ ਤੇ ਬੇਬੀ ਦਾ ਸ਼ੋਅ ਕਰਦੇ ਹੈ, ਤੇ ਵੀਜ਼ਾ ਆਫਿਸਰ ਨੇ ਕਹਿਣਾ ਹੈ ਕਿ ਵੇਅਰ ਡਿਜ਼ ਦ ਬੇਬੀ ਕਮ ਫਰੋਮ, ਲਾਸਟ ਟਾਈਮ ਯੋਰ ਵਾਈਫ ਡਿਜ਼ ਨਾਟ ਹੈਵ ਅ ਬੇਬੀ, ਨਾਉ ਦ ਬੇਬੀ ਇਜ਼ ਆਲਰੇਡੀ 1 ਈਅਰ ਓਲਡ, ਦੈਟ ਮੀਨਸ ਸ਼ੀ ਲਾਈ ਦੈਟ ਟਾਈਮ। ਅਗਰ ਤੁਸੀਂ ਕੋਈ ਕੰਪਲੇਂਟ ਕੀਤੀ ਹੋਈ ਹੈ ਕੰਸਲਟੈਂਟ ਦੇ ਖਿਲਾਫ, ਇੱਥੇ ICCRC ਜਾਂ ਲਾਅ ਸੋਸਾਇਟੀ ਦੇ ਉਹਨਾਂ ਦੇ ਲਾਇਸੈਂਸਿੰਗ ਬੋਡੀ ਤੋਂ ਕੰਪਲੇਂਟ ਕੀਤੀ ਹੋਈ ਹੈ, ਐਟਲੀਸਟ ਤੁਹਾਡੇ ਕੋਲ ਇੱਕ ਕੰਪਲੇਂਟ, ਇੱਕ ਪਰੂਫ ਹੈ ਕਿ ਇਹ ਅਸੀਂ ਐਕਸ਼ਨ ਲਿਆ ਹੋਇਆ। ਐਂਡ ਲੈਟ ਦ ਵੀਜ਼ਾ ਆਫਿਸਰ ਡਿਸਾਈਡ ਕਿ ਵੈਦਰ ਦਿਸ ਇਜ਼ ਅ ਇਨੋਸੈਂਟ ਮਿਸਰੈਪ੍ਰੈਜੈਂਟੇਸ਼ਨ ਔਰ ਇਨਐਡਵਰਟੈਂਟ ਮਿਸਰੈਪ੍ਰੈਜੈਂਟੇਸ਼ਨ। ਡਿਸਕ੍ਰੀਸ਼ਨ ਵੀਜ਼ਾ ਆਫਿਸਰ ਦਾ ਹੈ ਕਿ ਉਹਨਾਂ ਨੇ ਤੁਹਾਨੂੰ ਚਾਰਜ ਕਰਨ ਨਹੀਂ ਕਰਨਾ, ਪਰ ਦਿਸ ਇਜ਼ ਵਾਟ ਆਈ ਵਿਲ ਡੂ ਇਫ ਆਈ ਵਰ ਦ ਸਟੂਡੈਂਟ, ਆਈ ਵਿਲ ਫਾਈਂਡ ਆਊਟ ਦ ਮੇਨ ਕੰਸਲਟੈਂਟ ਐਂਡ ਟੈਲ ਹਿਮ ਲੁੱਕ ਯੂ ਡਿਡ ਇਟ, ਈਦਰ ਯੂ ਐਡਮਿਟ ਕਿ ਤੁਹਾਡੇ ਤੋਂ ਗਲਤੀ ਹੋਈ ਹੈ ਲਿਖ ਕੇ ਦਿਓ, ਨਹੀਂ ਤਾਂ ਅਸੀਂ ਕੰਪਲੇਂਟ ਕਰਾਂਗੇ ਐਂਡ ਯੂਜ਼ ਦ ਕੰਪਲੇਂਟ ਐਂਡ ਟੂ ਅਪਲਾਈ ਫੋਰ ਦ ਹਸਬੈਂਡਸ ਯੂ ਨੋ ਵਿਦ ਦ ਬੇਬੀ, ਦੇਰ ਇਜ਼ ਨੋ ਅਦਰ ਆਪਸ਼ਨ। ਪਰ ਮੈਂ ਇਹਦੇ ਬਾਰੇ ਕਈ ਵਾਰ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਵੀ ਮਿਸਰੈਪ੍ਰੈਜੈਂਟੇਸ਼ਨ, ਆਪਣੀ ਇਨਫੋਰਮੇਸ਼ਨ ਨੂੰ ਹਾਈਡ ਕਰਨਾ, ਆਪਣੀ ਇਨਫੋਰਮੇਸ਼ਨ ਨੂੰ ਡਿਸਕਲੋਜ਼ ਨਹੀਂ ਕਰਨਾ, ਦਿਸ ਇਜ਼ ਅ ਵੈਰੀ ਵੈਰੀ ਸੀਰੀਅਸ ਏਰਰ ਇਨ ਇਮੀਗ੍ਰੇਸ਼ਨ। ਜੇ ਤੁਸੀਂ ਇੱਕ ਵਾਰ ਕਰ ਗਏ ਤੇ 5 ਸਾਲ ਦਾ ਬੈਨ ਤੁਹਾਡੇ ਲਈ ਤਿਆਰ ਹੈ, ਮਤਲਬ ਦੇਰ ਇਜ਼ ਨੋ ਰਨਿੰਗ ਅਰਾਊਂਡ ਇਟ, ਐਂਡ ਯੂ ਕੈਨੋਟ ਈਵਨ ਹੋਪ ਟੂ ਵਿਨ ਦਿਸ ਕਾਇੰਡ ਆਫ ਕੇਸ ਇਨ ਫੈਡਰਲ ਕੋਰਟ ਐਸ ਵੈਲ। ਤੇ ਹੋਪਫੁਲੀ ਤੁਹਾਨੂੰ ਸ਼ਾਇਦ ਸਮਝ ਆ ਜਾਏਗਾ, ਹੋਪਫੁਲੀ ਸ਼ਾਇਦ ਬਚਾਅ ਹੋ ਜਾਏ। ਪਰ ਮੈਂ ਇੱਕ ਹੱਥ ਜੋੜ ਕੇ ਗੁਜ਼ਾਰਿਸ਼ ਕਰਦਾ ਕਿ ਜਿਹੜੇ ਕੰਸਲਟੈਂਟ ਇਨਫੋਰਮੇਸ਼ਨ ਨੂੰ ਕਿਸੇ ਤਰੀਕੇ ਨਾਲ ਲੁਕੋ ਰਹੇ ਹੈ, ਕਿਸੇ ਤਰੀਕੇ ਨਾਲ ਹਾਈਡ ਕਰ ਰਹੇ ਹੈ, ਉਹ ਤੁਹਾਡੇ ਦੋਸਤ ਨਹੀਂ ਹੈ, ਬਹੁਤ ਵੱਡੇ ਦੁਸ਼ਮਣ ਹੈ, ਜ਼ਿੰਦਗੀ ਦੇ ਦੁਸ਼ਮਣੀ ਉਹਨਾਂ ਨੇ ਤੁਹਾਡੇ ਤੋਂ ਤੁਹਾਡੇ ਤੇ ਉਹਨਾਂ ਨੇ ਕਰ ਲਈ ਹੈ, ਕਿਉਂਕਿ ਇਹ ਗਲਤੀ ਕਰਕੇ ਆਪਣੇ ਪੈਰ ਤੇ ਕੁਲਹਾੜਾ ਤੁਸੀਂ ਮਾਰ ਲਿਆ। ਸਾਈਨ ਤਾਂ ਤੁਸੀਂ ਕਰਦੇ ਹੋ ਨਾ, ਭਾਵੇਂ ਕੰਸਲਟੈਂਟ ਐਪਲੀਕੇਸ਼ਨ ਤਿਆਰ ਕਰਾ ਨਹੀਂ ਕਰ ਰਿਹਾ, ਯੂ ਆਰ ਸਾਈਨ ਵਿਦ ਐਪਲੀਕੇਸ਼ਨ, ਯੂ ਆਰ ਕੰਸੈਂਟਿੰਗ ਇਨਡਾਇਰੈਕਟਲੀ ਔਰ ਡਾਇਰੈਕਟਲੀ ਕਿ ਵੀ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ, ਉਹ ਜੋ ਵਿਲਫੁਲੀ ਆਪਣੇ ਮਰਜ਼ੀ ਨਾਲ ਦੇ ਰਹੇ ਹਾਂ। ਸੋ ਦਿਸ ਇਜ਼ ਅ ਵੈਰੀ ਸੀਰੀਅਸ ਪ੍ਰੋਬਲਮ, ਐਂਡ ਆਈ ਹੋਪ ਸਮਬਡੀ ਵਿਲ, ਐਟਲੀਸਟ ਫਰੋਮ ਦਿਸ ਵੀਡੀਓ, ਸਮਬਡੀ ਵਿਲ ਟੇਕ ਐਡਵਾਂਟੇਜ ਐਂਡ ਨਾਟ ਡੂ ਦਿਸ ਮਿਸਟੇਕ। ਥੈਂਕ ਯੂ ਵੈਰੀ ਮੱਚ।